ਇਹ ਜੋ ਵੀਡੀਓ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਇਹ ਹੈ ਹੁਸ਼ਿਆਰਪੁਰ ਦੇ ਬਸਟਾਡ ਨਸਤੀਕ ਸਥਿਤ ਸਿਟੀ ਸੈਂਟਰ ਮਾਰਕੀਟ ਦੇ ਅੰਦਰਲੀ ਜਿੱਥੇ ਕਿ ਬੀਤੇ ਕੱਲ 21 ਅਗਸਤ ਦਿਨ ਮੰਗਲਵਾਰ ਨੂੰ ਰੈਸਟੋਰੈਂਟ ਬਾਹਰ ਖੜੇ ਸਪਲੈਂਟਰ ਮੋਟਰਸਾਈਕਲ ਨੂੰ ਇੱਕ ਨੌਜਵਾਨ ਵੱਲੋਂ ਚੋਰੀ ਕਰ ਲਿਆ ਗਿਆ ਤੇ ਫਰਾਰ ਹੋ ਗਿਆ ਉਕਤ ਸਾਰੀ ਵਾਰਤਾਤ ਰੈਸਟੋਰੈਂਟ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਇਹ ਵੀਡੀਓ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਭਲੀ ਭਾਂਤ ਲਗਾਇਆ ਜਾ ਸਕਦਾ ਹੈ ਕਿ ਚੋਰ ਨੂੰ ਕਿਸੇ ਦਾ ਵੀ ਕੋਈ ਖੋਫ ਨਹੀਂ ਸੀ ਕਿਉਂਕਿ ਚੋਰੀ ਕਰਨ ਤੋਂ ਪਹਿਲਾਂ ਉਸ ਵੱਲੋਂ ਕੰਨਾਂ 'ਚ ਹੈੱਡਫੋਨ ਲਗਾ ਕੇ ਗੀਤ ਸੁਣੇ ਜਾ ਰਹੇ ਨੇ ਤੇ ਭੰਗੜਾ ਵੀ ਪਾਇਆ ਜਾ ਰਿਹਾ ਜੋ ਕਿ ਸੀਸੀਟੀਵੀ ਵੀਡੀਓ 'ਚ ਵੀ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਸਾਰੇ ਉਕਤ ਚੋਰ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਕਰ ਫਰਾਰ ਹੋ ਜਾਂਦਾ ਹੈ ਤੇ ਕਿਸੇ ਨੂੰ ਵੀ ਸਤੀ ਪਿੰਕ ਤੱਕ ਨਹੀਂ ਲੱਗਦੀ ਹੈ ਜਾਣਕਾਰੀ ਦਿੰਦਿਆਂ ਸਿਟੀ ਸੈਂਟਰ ਅੰਦਰ ਮੌਜੂਦ ਹਾਕਰਜ਼ ਰੈਸਟੋਰੈਂਟ ਦੇ ਮਾਲਕ ਮਨਿੰਦਰ ਪਾਲ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਮਾਰਕੀਟ 'ਚ ਰੈਸਟੋਰੈਂਟ ਚਲਾਉਂਦੇ ਨੇ ਉਹਨਾਂ ਕੋਲ ਸਟਾਫ ਵੀ ਕੰਮ ਕਰਦਾ ਹੈ ਉਹਨਾਂ ਦੱਸਿਆ ਕਿ ਬੀਤੇ ਕੱਲ ਜਦੋਂ ਸਟਾਫ ਰੈਸਟੋਰੈਂਟ ਅੰਦਰ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਇੱਕ ਨੌਜਵਾਨ ਰੈਸਟੋਰੈਂਟ ਦੇ ਬਾਹਰ ਆਇਆ ਜਿਸ ਵੱਲੋਂ ਆਪਣੇ ਮੋਢਿਆਂ ਤੇ ਕਾਲੇ ਰੰਗ ਦੀ ਕਿੱਟ ਵੀ ਟੰਗੀ ਹੋਈ ਸੀ ਤੇ ਬਾਹਰ ਖੜਾ ਹੋ ਕੇ ਪਹਿਲਾਂ ਉਹ ਗੀਤ ਸੁਣਦਾ ਦਿਖਾਈ ਦਿੰਦਾ ਤੇ ਫਿਰ ਭੰਗੜਾ ਵੀ ਪਾਉਂਦਾ ਤੇ ਦੇਖਤੇ ਹੀ ਦੇਖਤੇ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ ਉਹਨਾਂ ਦੱਸਿਆ ਕਿ ਇਹ ਮੋਟਰਸਾਈਕਲ ਉਹਨਾਂ ਕੋਲ ਕੰਮ ਕਰਦੇ ਇੱਕ ਸਟਾਫ ਮੈਂਬਰ ਦਾ ਸੀ ਚੋਰ ਵੱਲੋਂ ਕੀਤੀ ਗਈ ਸਾਰੀ ਵਾਰਤਾਤ ਤੀ ਤੁਸੀਂ ਵੀ ਜ਼ਰੂਰ ਵੇਖੋ ਸੀਸੀਟੀਵੀ ਵੀਡੀਓ ਇਹ ਜੋ ਵੀਡੀਓ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਵੇਖ ਰਹੇ ਹੋ ਇਹ ਹੈ ਹੁਸ਼ਰਪੁਰ ਦੇ ਬਸਟਾਡ ਨਸਤੀਕ ਸਥਿਤ ਸਿਟੀ ਸੈਂਟਰ ਮਾਰਕੀਟ ਦੇ ਅੰਦਰਲੀ ਜਿੱਥੇ ਕਿ ਬੀਤੇ ਕੱਲ 27 ਅਗਸਤ ਦਿਨ ਮੰਗਲਵਾਰ ਨੂੰ ਰੈਸਟੋਰੈਂਟ ਬਾਹਰ ਖੜੇ ਸਪਲੈਂਟਰ ਮੋਟਰਸਾਈਕਲ ਨੂੰ ਇੱਕ ਨੋਚਵਾਨ ਵੱਲੋਂ ਚੋਰੀ ਕਰ ਲਿਆ ਗਿਆ ਤੇ ਫਰਾਰ ਹੋ ਗਿਆ ਉਕਤ ਸਾਰੀ ਵਾਰਤਾਤ ਰੈਸਟੋਰੈਂਟ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਇਹ ਵੀਡੀਓ ਵੇਖ ਕੇ ਇਸ ਕਾਲ ਦਾ ਅੰਦਾਜ਼ਾ ਭਲੀ ਭਾਂਤ ਲਗਾਇਆ ਜਾ ਸਕਦਾ ਹੈ ਕਿ ਚੋਰ ਨੂੰ ਕਿਸੇ ਦਾ ਵੀ ਕੋਈ ਖੋਫ ਨਹੀਂ ਸੀ ਕਿਉਂਕਿ ਚੋਰੀ ਕਰਨ ਤੋਂ ਪਹਿਲਾਂ ਉਸ ਵੱਲੋਂ ਕੰਨਾਂ 'ਚ ਹੈੱਡਫੋਨ ਲਗਾ ਕੇ ਗੀਤ ਸੁਣੇ ਜਾ ਰਹੇ ਨੇ ਤੇ ਭੰਗੜਾ ਵੀ ਪਾਇਆ ਜਾ ਰਿਹਾ ਜੋ ਕਿ ਸੀਸੀਟੀਵੀ ਵੀਡੀਓ 'ਚ ਵੀ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਸਾਰੇ ਉਕਤ ਚੋਰ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਕਰ ਫਰਾਰ ਹੋ ਜਾਂਦਾ ਹੈ ਤੇ ਕਿਸੇ ਨੂੰ ਵੀ ਇਸ ਦੀ ਪਿੰਕ ਤੱਕ ਨਹੀਂ ਲੱਗਦੀ ਹੈ ਜਾਣਕਾਰ ਦੰਦਿਆ ਸਿਟੀ ਸੈਂਟਰ ਅੰਦਰ ਮੌਜੂਦ ਹਾਕਰਜ਼ ਰੈਸਟੋਰੈਂਟ ਦੇ ਮਾਲਕ ਮਨਿੰਦਰ ਪਾਲ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਮਾਰਕੀਟ 'ਚ ਰੈਸਟੋਰੈਂਟ ਚਲਾਉਂਦੇ ਨੇ ਤੇ ਉਹਨਾਂ ਕੋਲ ਸਟਾਫ ਵੀ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਬੀਤੇ ਕੱਲ ਜਦੋਂ ਸਟਾਫ ਰੈਸਟੋਰੈਂਟ ਅੰਦਰ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਇੱਕ ਨੌਜਵਾਨ ਰੈਸਟੋਰੈਂਟ ਦੇ ਬਾਹਰ ਆਇਆ ਜਿਸ ਵੱਲੋਂ ਆਪਣੇ ਮੋਢਿਆਂ ਤੇ ਕਾਲੇ ਰੰਗ ਦੀ ਕਿੱਟ ਵੀ ਟੰਗੀ ਹੋਈ ਸੀ ਤੇ ਬਾਹਰ ਖੜ੍ਹਾ ਹੋ ਕੇ ਪਹਿਲਾਂ ਉਹ ਗੀਤ ਸੁਣਦਾ ਦਿਖਾਈ ਦਿੰਦਾ ਤੇ ਫਿਰ ਭੰਗੜਾ ਵੀ ਪਾਉਂਦਾ ਤੇ ਦੇਖਤੇ ਹੀ ਦੇਖਤੇ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦਾ। ਉਹਨਾਂ ਦੱਸਿਆ ਕਿ ਇਹ ਮੋਟਰਸਾਈਕਲ ਉਹਨਾਂ ਕੋਲ ਕੰਮ ਕਰਦੇ ਇੱਕ ਸਟਾਫ ਮੈਂਬਰ ਦਾ ਸੀ ਚੋਰ ਵੱਲੋਂ ਕੀਤੀ ਗਈ ਸਾਰੀ ਵਾਰਤਾ ਤੀ ਤੁਸੀਂ ਵੀ ਜ਼ਰੂਰ ਵੇਖੋ ਸੀਸੀਟੀਵੀ ਵੀਡੀਓ ਵੀ ਆਰ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ